ਕਿ ਐਸਸੀ ਬੀਸੀ ਨੂੰ ਜਿਹੜੇ 400 ਯੂਨਿਟ ਮਿਲ ਰਹੇ ਸੀ ਉਹ ਹੋ ਰਹੇ ਨੇ ਬੰਦ, ਕਿ ਜਿਹੜੇ 400 ਯੂਨਿਟ ਮਿਲ ਰਹੇ ਸੀ ਕਿ ਉਹਨਾਂ ਲਈ ਦੇਣਾ ਪਵੇਗਾ ਸਵੈ ਘੋਸ਼ਣਾ ਪੱਤਰ ਦੁਬਾਰਾ, 600 ਯੂਨਿਟ ਲੈਣ ਦੇ ਲਈ ਲੋਡ ਕਿੰਨਾ ਹੋਣਾ ਚਾਹੀਦਾ, 1 ਕਿਲੋਵਾਟ, 2 ਕਿਲੋਵਾਟ, 8 ਕਿਲੋਵਾਟ, ਕਿੰਨੇ ਤੱਕ ਦੀ ਲਿਮਿਟ ਹੈ, ਜਿਹੜਾ ਸਵੈ ਘੋਸ਼ਣਾ ਪੱਤਰ ਹੈ ਦੇਣਾ ਕਿੱਥੇ ਹੈ। ਤੇ ਦੋਸਤੋ ਇਸ ਤਰੀਕੇ ਦੇ ਸਵਾਲ ਤੁਸੀਂ ਸਾਡੀ ਪੁਰਾਣੀ ਵੀਡੀਓ ਦੇ ਵਿੱਚ ਬਹੁਤ ਸਾਰੇ ਪੁੱਛੇ ਸੀਗੇ, ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਸਾਰੇ ਕੁਐਸਚਨਾਂ ਦਾ ਜਵਾਬ ਦਊਂਗਾ। ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖਿਓ। ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਹੁਣੇ ਦਾ ਹੁਣੇ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਆਲ ਤੇ ਕਲਿੱਕ ਕਰ ਦਿਓ, ਤਾਂ ਕਿ ਜਿਹੜੀ ਵੀ ਸਾਡੀ ਕੋਈ ਨਵੀਂ ਵੀਡੀਓ ਆਉਂਦੀ ਹੈ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕੇ। ਮੇਰਾ ਨਾਮ ਹੈ ਦੋਸਤੋ HPS ਤੇ ਤੁਸੀਂ ਦੇਖ ਰਹੇ ਹੋ ਹਰੀਕਲਸ ਲਾਈਵ। ਤੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਏ ਆਪਣੇ ਪਹਿਲੇ ਕੁਐਸਚਨ ਦੀ ਕਿ SC ਤੇ BC ਨੂੰ ਜਿਹੜੇ 400 ਯੂਨਿਟ ਮਿਲ ਰਹੇ ਸੀ ਪਹਿਲਾਂ ਕਿ ਉਹ ਹੋ ਰਹੇ ਨੇ ਬੰਦ। ਤੇ ਦੋਸਤੋ ਐਸਾ ਕੁਝ ਵੀ ਹਲੇ ਪੰਜਾਬ ਸਰਕਾਰ ਵੱਲੋਂ ਜਾਂ PSPCL ਵੱਲੋਂ ਐਸਾ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਜਿਸ ਦੇ ਵਿੱਚ ਲਿਖਿਆ ਹੋਵੇ ਕਿ ਜਿਹੜੇ 400 ਯੂਨਿਟ ਮਿਲ ਰਹੇ ਸੀ ਉਹ ਬੰਦ ਹੋ ਰਹੇ ਨੇ। ਅਗਰ ਤੁਸੀਂ 600 ਯੂਨਿਟ ਲੈਣਾ ਚਾਹੁੰਦੇ ਹੋ ਉਹ ਤੁਹਾਨੂੰ ਅਲੱਗ ਤੋਂ ਮਿਲ ਸਕਦੇ ਨੇ, ਲੇਕਿਨ ਜਿਹੜੇ ਆਪਾਂ ਨੂੰ ਪਹਿਲਾਂ 400 ਯੂਨਿਟ ਮਿਲ ਰਹੇ ਸੀ ਉਹ ਉਸੇ ਤਰੀਕੇ ਨਾਲ ਮਿਲਦੇ ਰਹਿਣਗੇ। ਉਸ ਦੇ ਲਈ ਕੋਈ ਵੀ ਐਸਾ ਨੋਟੀਫਿਕੇਸ਼ਨ ਨਹੀਂ ਹੈ ਕਿ ਆਪਾਂ ਨੂੰ ਹੁਣ ਜਿਹੜੇ 400 ਯੂਨਿਟ ਨੇ ਜੇ ਤੁਸੀਂ ਤੁਹਾਨੂੰ ਇਸ ਸਮੇਂ ਤੇ ਮਿਲ ਰਹੇ ਸੀਗੇ ਵੀ ਉਹ ਬੰਦ ਹੋ ਰਹੇ ਨੇ। ਇਸ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਜਿਹੜੇ 600 ਯੂਨਿਟ ਨੇ ਉਹਨਾਂ ਦੇ ਵਿੱਚ ਜਿਹੜੀ ਸਵੈ ਘੋਸ਼ਣਾ ਦੇ ਵਿੱਚ ਕੰਡੀਸ਼ਨਾਂ ਦਿੱਤੀਆਂ ਹੋਈਆਂ ਨੇ, ਅਗਰ ਤੁਸੀਂ ਉਹਨਾਂ ਲਈ ਐਲੀਜੀਬਲ ਨਹੀਂ ਹੁੰਦੇ ਹੋ ਤੇ ਤੁਹਾਨੂੰ ਇਸ ਸਮੇਂ ਤੇ 400 ਯੂਨਿਟ ਜਿਹੜੇ ਮਿਲ ਰਹੇ ਸੀ ਤੁਸੀਂ ਉਹਨਾਂ ਦਾ ਹੀ ਫਾਇਦਾ ਉਠਾ ਸਕਦੇ ਹੋ ਤੁਹਾਨੂੰ ਅਗਰ ਤੁਸੀਂ 600 ਯੂਨਿਟਾਂ ਲਈ ਐਲੀਜੀਬਲ ਨਹੀਂ ਹੋ। ਤੇ ਹੁਣ ਦੋਸਤੋ ਆਪਾਂ ਆ ਜਾਂਦੇ ਆਪਣੇ ਦੂਜੇ ਕੁਐਸਚਨ ਤੇ ਕਿ ਜਿਹੜਾ ਦੂਜਾ ਕੁਐਸਚਨ ਸੀਗਾ ਕਿ ਜਿਹੜੇ 400 ਯੂਨਿਟ ਆਪਾਂ ਨੂੰ ਮਿਲ ਰਹੇ ਸੀਗੇ ਕਿ ਉਹਨਾਂ ਲਈ ਆਪਾਂ ਨੂੰ ਦੁਬਾਰਾ ਸਵੈ ਘੋਸ਼ਣਾ ਦੇਣ ਦੀ ਲੋੜ ਹੈ ਜਾਂ ਨਹੀਂ ਹੈ। ਇਸ ਦੇ ਲਈ ਵੀ ਦੋਸਤੋ ਕੋਈ ਵੀ ਨੋਟੀਫਿਕੇਸ਼ਨ ਨਹੀਂ ਹੈ ਕਿ ਜਿਹੜੀ ਆਪਾਂ ਨੂੰ 400 ਯੂਨਿਟ ਮਿਲ ਰਹੀ ਸੀ ਆਪਾਂ ਨੂੰ ਉਸ ਦੇ ਲਈ ਦੁਬਾਰਾ ਸਵੈ ਘੋਸ਼ਣਾ ਦੇਣ ਦੀ ਲੋੜ ਹੈ। ਜੇ ਤੁਸੀਂ ਬਸ 600 ਯੂਨਿਟ ਲੈਣਾ ਚਾਹੁੰਦੇ ਹੋ ਉਹਨਾਂ ਲਈ ਤੁਹਾਨੂੰ ਸਵੈ ਘੋਸ਼ਣਾ ਦੇਣ ਦੀ ਲੋੜ ਪਊਗੀ। 400 ਯੂਨਿਟਾਂ ਲਈ ਐਸਾ ਕੁਝ ਵੀ ਨਹੀਂ ਹੈਗਾ, ਉਹ ਤੁਹਾਨੂੰ ਉਸੇ ਤਰੀਕੇ ਨਾਲ ਮਿਲਦੇ ਰਹਿਣਗੇ ਜਿਵੇਂ ਤੁਹਾਨੂੰ ਪਹਿਲਾਂ ਮਿਲ ਰਹੇ ਸੀਗੇ। ਸੋ ਇਹ ਆਈ ਥਿੰਕ ਤੁਹਾਨੂੰ ਸਭ ਨੂੰ ਕਲੀਅਰ ਹੈ ਕਿ ਜਿਹੜੇ 400 ਯੂਨਿਟ ਸੀਗੇ ਉਹਨਾਂ ਲਈ ਕੋਈ ਵੀ ਚੇਂਜਸ ਨਹੀਂ ਹੈਗਾ, ਉਹ ਤੁਹਾਨੂੰ ਉਸੇ ਤਰੀਕੇ ਨਾਲ ਮਿਲਦੇ ਰਹਿਣਗੇ, ਕੋਈ ਵੀ ਸਵੈ ਘੋਸ਼ਣਾ ਦੇਣ ਦੀ ਲੋੜ ਨਹੀਂ ਹੈਗੀ। ਹਾਂ ਜੇ ਤੁਸੀਂ 600 ਯੂਨਿਟ ਲੈਣਾ ਚਾਹੁੰਦੇ ਹੋ ਉਹਨਾਂ ਲਈ ਤੁਹਾਨੂੰ ਸਵੈ ਘੋਸ਼ਣਾ ਦੇਣਾ ਪਊਗਾ। ਤੇ ਜੇ ਦੋਸਤੋ ਤੁਹਾਨੂੰ ਸਵੈ ਘੋਸ਼ਣਾ ਦੀ ਹਲੇ ਵੀ ਕੰਡੀਸ਼ਨਾਂ ਬਾਰੇ ਗੱਲ ਕਲੀਅਰ ਨਹੀਂ ਹੈਗੀ ਕਿ ਕਿਹੜੀ ਕਿਹੜੀ ਕੰਡੀਸ਼ਨ ਦਾ ਕੀ ਕੀ ਮਤਲਬ ਹੈਗਾ, ਉਸ ਦੇ ਬਾਰੇ ਮੈਂ ਇੱਕ ਬਹੁਤ ਹੀ ਵਧੀਆ ਵੀਡੀਓ ਬਣਾਈ ਹੋਈ ਹੈ, ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ, ਜਾਂ ਫਿਰ ਤੁਹਾਨੂੰ ਉੱਪਰ ਆਈ ਕਾਰਡ ਦੇ ਵਿੱਚ ਵੀ ਉਸਦਾ ਲਿੰਕ ਮਿਲ ਜਾਊਗਾ। ਉਸ ਵੀਡੀਓ ਨੂੰ ਜਾ ਕੇ ਦੇਖੋ, ਉਸ ਦੇ ਵਿੱਚ ਮੈਨੇ ਕੱਲੀ ਕੱਲੀ ਕੰਡੀਸ਼ਨ ਬਾਰੇ ਦੱਸਿਆ ਹੋਇਆ ਕਿ ਕਿਹੜੀ ਕਿਹੜੀ ਕੰਡੀਸ਼ਨ ਦਾ ਕੀ ਕੀ ਮਤਲਬ ਹੈ। ਤੇ ਹੁਣ ਦੋਸਤੋ ਆਪਾਂ ਅੱਜ ਨੇ ਆਪਣੇ ਅਗਲੇ ਕੁਐਸਚਨ ਤੇ ਕਿ 600 ਯੂਨਿਟ ਲੈਣ ਦੇ ਲਈ ਆਪਣਾ ਲੋਡ ਕਿੰਨਾ ਹੋਣਾ ਚਾਹੀਦਾ ਹੈ। ਇਹ ਜਿਹੜਾ ਕੁਐਸਚਨ ਹੈ ਇੱਕ ਬਹੁਤ ਹੀ ਬੜਾ ਕੁਐਸਚਨ ਹੈ ਤੇ ਕਾਫੀ ਜ਼ਿਆਦਾ ਜਗ੍ਹਾ ਤੇ ਇਸ ਦੇ ਬਾਰੇ ਬਹੁਤ ਹੀ ਗਲਤ ਦੱਸਿਆ ਜਾ ਰਿਹਾ ਹੈ ਕਿ 600 ਯੂਨਿਟ ਲੈਣ ਦੇ ਲਈ 1 ਕਿਲੋਵਾਟ ਲੋਡ ਹੋਣਾ ਚਾਹੀਦਾ ਹੈ, 2 ਹੋਣਾ ਚਾਹੀਦਾ ਹੈ। ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ 600 ਯੂਨਿਟ ਲੈਣ ਦੇ ਲਈ ਜਿਹੜਾ ਲੋਡ ਹੋਣਾ ਚਾਹੀਦਾ ਉਸ ਦੇ ਬਾਰੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ। ਤੇ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਲੋਡ ਹੈ ਉਹ ਆਪਣਾ ਜਿੰਨਾ ਮਰਜ਼ੀ ਹੋ ਸਕਦਾ ਹੈ, ਬਸ ਜਿਹੜਾ ਆਪਣਾ ਮੀਟਰ ਹੈ ਉਹ ਰੈਸੀਡੈਂਸ਼ੀਅਲ ਸਪਲਾਈ ਦੇ ਲਈ ਹੋਣਾ ਚਾਹੀਦਾ, ਉਹ ਆਪਣਾ ਘਰੇਲੂ ਖਪਤ ਦੇ ਲਈ ਹੋਣਾ ਚਾਹੀਦਾ ਹੈ। ਕਿ ਜੇ ਤਾਂ ਆਪਣਾ ਮੀਟਰ ਹੈ ਉਹ ਘਰੇਲੂ ਖਪਤ ਦੇ ਲਈ ਲੱਗਿਆ ਹੋਇਆ ਹੈ ਤਾਂ ਆਪਣਾ ਜਿਹੜਾ ਲੋਡ ਹੈ ਉਹ ਜਿੰਨਾ ਮਰਜ਼ੀ ਹੋ ਸਕਦਾ ਹੈ, ਬਸ ਆਪਣਾ ਜਿਹੜਾ ਯੂਨਿਟ ਨੇ ਉਹ 600 ਤੋਂ ਘੱਟ ਹੋਣੇ ਚਾਹੀਦੇ ਨੇ ਤਾਂ ਆਪਣਾ ਜਿਹੜਾ ਬਿੱਲ ਹੈ ਉਹ 0 ਆਏਗਾ। ਤੇ ਇਹ ਗੱਲ ਵੀ ਦੋਸਤੋ ਮੈਨੂੰ ਲੱਗਦਾ ਹੁਣ ਤੁਹਾਨੂੰ ਸਭ ਨੂੰ ਕਲੀਅਰ ਹੋ ਜਾਊ ਕਿ 600 ਯੂਨਿਟ ਲੈਣ ਦੇ ਲਈ ਆਪਾਂ ਨੂੰ ਕੋਈ ਵੀ ਲੋਡ ਦੀ ਲਿਮਿਟ ਨਹੀਂ ਹੈਗੀ, ਬਸ ਅਗਰ ਆਪਣੇ ਜਿਹੜੇ ਯੂਨਿਟ ਨੇ ਉਹ 600 ਤੋਂ ਘੱਟ ਹੁੰਦੇ ਨੇ ਤਾਂ ਆਪਾਂ ਉਹਨਾਂ ਯੂਨਿਟਾਂ ਦਾ ਫਾਇਦਾ ਉਠਾ ਸਕਦੇ ਹਾਂ। ਤੇ ਹੁਣ ਦੋਸਤੋ ਆਪਾਂ ਗੱਲ ਕਰ ਲੈਂਦੇ ਆਪਣੇ ਅਗਲੇ ਕੁਐਸਚਨ ਦੀ ਕਿ ਜਿਹੜਾ ਆਪਾਂ ਨੇ ਸਵੈ ਘੋਸ਼ਣਾ ਦੇਣਾ ਹੈ, ਜਿਹੜਾ BC ਤੇ SC ਲਈ ਸਵੈ ਘੋਸ਼ਣਾ ਹੈ, ਇਹ ਕਿੱਥੇ ਦੇਣਾ ਹੈ। ਤੇ ਇਸ ਦੇ ਬਾਰੇ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਇਸ ਦੇ ਬਾਰੇ ਐਸਾ ਕੋਈ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਹੈਗਾ ਕਿ ਆਪਾਂ ਨੇ ਸਵੈ ਘੋਸ਼ਣਾ ਪੱਤਰ ਕਿਸੇ ਸਪੈਸ਼ਲ ਜਗ੍ਹਾ ਤੇ ਆਪਾਂ ਨੇ ਦੇ ਕੇ ਆਣਾ ਹੈ। ਇਹ ਜਿਹੜਾ ਸਵੈ ਘੋਸ਼ਣਾ ਪੱਤਰ ਹੈ ਇਹ ਤੁਸੀਂ ਜਾ ਕੇ ਆਪਣੇ ਜਿੱਥੇ ਵੀ ਬਿੱਲ ਭਰਦੇ ਹੋ PSPCL ਦੇ ਵਿੱਚ ਉੱਥੇ ਜਾ ਕੇ ਪੁੱਛ ਸਕਦੇ ਹੋ ਕਿ ਇਹ ਜਿਹੜਾ ਤੁਹਾਨੂੰ ਪੱਤਰ ਹੈ ਉਹ ਕਿੱਥੇ ਦੇਣਾ ਹੈ। ਉੱਥੇ ਜਾ ਕੇ ਤੁਹਾਨੂੰ ਇਸ ਦੇ ਬਾਰੇ ਪੂਰੀ ਜਿਹੜੀ ਅਸਲੀ ਇਨਫੋਰਮੇਸ਼ਨ ਹੈ, ਤੁਹਾਡੀ ਆਪਣੀ ਜਗ੍ਹਾ ਤੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਜਿੱਥੇ ਵੀ ਤੁਸੀਂ ਬਿੱਲ ਭਰਦੇ ਹੋ, ਉੱਥੇ ਜਾ ਕੇ ਤੁਹਾਨੂੰ ਇਸ ਦੇ ਬਾਰੇ ਪਤਾ ਲੱਗ ਸਕਦਾ ਹੈ ਕਿ ਕਿੱਥੇ ਤੁਹਾਨੂੰ ਜਿਹੜਾ ਆਪਣਾ ਸਵੈ ਘੋਸ਼ਣਾ ਉਹ ਦੇਣਾ ਹੈ। ਤੇ ਦੋਸਤੋ ਇਹੀ ਸੀਗੇ 2-3 ਕੁਐਸਚਨ ਜਿਹੜੇ ਕਾਫੀ ਜ਼ਿਆਦਾ ਵਾਰ ਮੇਰੀ ਪੁਰਾਣੀ ਵੀਡੀਓ ਵਿੱਚ ਪੁੱਛੇ ਜਾ ਰਹੇ ਸੀਗੇ ਤੇ ਕਾਫੀ ਹੋਰ ਸੋਸ਼ਲ ਮੀਡੀਆ ਤੇ ਵੀ ਪੁੱਛੇ ਜਾ ਰਹੇ ਸੀਗੇ, ਤੇ ਮੈਨੂੰ ਉਮੀਦ ਹੈ ਕਿ ਮੈਨੇ ਉਹਨਾਂ ਸਾਰੇ ਕੁਐਸਚਨਾਂ ਦੇ ਜਵਾਬ ਦਿੱਤੇ ਨੇ। ਤੇ ਅਗਰ ਹੁਣ ਵੀ ਤੁਹਾਨੂੰ ਕੋਈ ਕੁਐਸਚਨ ਆ ਰਿਹਾ ਤੁਹਾਡੇ ਦਿਮਾਗ ਦੇ ਵਿੱਚ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ, ਮੈਂ ਉਸ ਕਮੈਂਟ ਦਾ ਰਿਪਲਾਈ ਜ਼ਰੂਰ ਦੇਵਾਂਗਾ। ਤੇ ਕਾਫੀ ਲੋਕ ਦੋਸਤੋ ਇਹ ਵੀ ਪੁੱਛ ਰਹੇ ਸੀਗੇ ਕਿ ਇਹ ਜਿਹੜਾ ਸੈਲਫ ਡਿਕਲੇਰੇਸ਼ਨ ਹੈ ਡਾਊਨਲੋਡ ਕਿੱਥੋਂ ਕਰ ਸਕਦੇ ਹਾਂ। ਡਾਊਨਲੋਡ ਦਾ ਲਿੰਕ ਮੈਨੇ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਵੀ ਦਿੱਤਾ ਹੋਇਆ ਸੀਗਾ ਤੇ ਇਸ ਵੀਡੀਓ ਵਿੱਚ ਮੈਂ ਉਸ ਦਾ ਲਿੰਕ ਦੁਬਾਰਾ ਦੇ ਦਿੰਨਾ ਤੇ ਉੱਥੇ ਜਾ ਕੇ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਇਸ ਦਾ ਪ੍ਰਿੰਟ ਵਗੈਰਾ ਕਢਵਾ ਕੇ ਸੈਲਫ ਡਿਕਲੇਰੇਸ਼ਨ ਉਸ ਨੂੰ ਦੇ ਸਕਦੇ ਹੋ।